ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬਹੁਚਰਚਿਤ ਪਿੱਕ ਮਾਮਲੇ ਵਿੱਚ ਮੁੱਖ ਆਰੋਪੀ ਸੰਜੇ ਸ਼੍ਰੀਵਾਸਤਵ ਉਰਫ ਗੁਰੂ ਜੀ, ਮਿਥਲੇਸ਼ ਉਰਫ ਮਾਸਟਰ ਜੀ ਉਰਫ ਪੰਡਿਤ ਨੂੰ ਆਖਿਰ ਯੂਪੀ ਤੇ ਲਖਨਊ ਸ਼ਹਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਾਲ ਹੀ ਦੋ ਆਰੋਪੀਆਂ ਨੂੰ ਵਾਰਾਣਸੀ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਵਿੱਚ ਵੱਖ ਵੱਖ ਵਿਭਾਗਾਂ, ਕਾਰਪੋਰੇਸ਼ਨ, ਪੁੱਡਾ ਇਰੀਗੇਸ਼ਨ, ਪੰਸਾ ਵਿਭਾਗਾਂ ਵਿੱਚ ਹੋਈ ਭਰਤੀ ਦਾ ਪੇਪਰ ਲੀਕ ਕਰਾਉਣ ਵਾਲਾ ਮੁੱਖ ਦੋਸ਼ੀ ਗੁਰੂ ਜੀ ਦੀ ਵਿਜੀਲੈਂਸ ਵਿਭਾਗ ਨੂੰ ਲੰਮੇ ਸਮੇਂ ਤੋਂ ਤਲਾਸ ਸੀ। ਸੰਜੇ ਸ਼੍ਰੀਵਾਸਤਵ ਤੇ ਦੋਸ਼ ਹੈ ਕਿ ਉਸਨੇ ਹੋਰਨਾਂ ਸਾਥੀਆਂ ਦੀ ਮਦਦ ਨਾਲ ਪ੍ਰੀਖਿਆ ਦੇਣ ਵਾਲਿਆਂ ਤੋਂ ਲੱਖਾਂ ਰੁਪਏ ਲੈ ਕੇ ਪੇਪਰ ਹਾਸਲ ਕਰਾਇਆ ਸੀ। ਇਸ ਮਾਮਲੇ ਵਿੱਚ ਪਹਿਲਾਂ ਹੀ ਕਈ ਦਲਾਲ ਅਤੇ ਪੇਪਰ ਹਾਸਲ ਕਰਕੇ ਪੇਪਰ ਪਾਸ ਕਰਨ ਵਾਲੇ ਵਿਦਿਆਰਥੀ ਗ੍ਰਿਫਤਾਰ ਹੋ ਚੁੱਕੇ ਨੇ।